ਇਹ ਗੱਲ ਕਹਿ ਸਕਦੇ ਵੀ ਕੰਨਾਂ ਦੇ ਕਾਂਟਿਆਂ ਤੋਂ ਲੈ ਕੇ ਪੈਰਾਂ ਦੀ ਜੁੱਤੀ ਮਿਲ ਜੂਗਾ, ਸਾਰਾ ਕੁਝ ਮਿਲ ਜੂਗਾ। ਇਹ ਕਸਟਮਰ ਨੇ ਆਰਡਰ ਕੀਤਾ ਸੀ ਫੋਟੋ ਭੇਜ ਕੇ, ਠੀਕ ਹੈ, ਇਹ ਆਪਾਂ ਸੇਮ ਬਣਵਾ ਕੇ ਦਿੱਤਾ। ਏਦਾਂ ਹੀ ਜੋ ਵੀ ਆਪਾਂ ਨੂੰ ਭੇਜਦੇ ਆ ਸੇਮ ਰੈਡੀ ਕਰਕੇ ਦਿੰਨੇ ਆ। ਦੁਪੱਟਾ ਵੀ ਉਸੇ ਤਰ੍ਹਾਂ ਹੀ ਆਪਾਂ ਰੈਡੀ ਕੀਤਾ, ਠੀਕ ਹੈ ਜੀ। ਫੁੱਲ ਸੂਟ ਵੀ ਉਦਾਂ ਹੀ ਰੈਡੀ ਕੀਤਾ, ਠੀਕ ਹੈ ਜੀ। ਵੀਰੇ ਇਹ ਰਾਣੀ ਹਾਰ ਹੈਗਾ, ਠੀਕ ਹੈ ਜੀ, ਹਾਂਜੀ, ਜਿਹੜਾ ਕਿ ਮੇਰੀਆਂ ਭੈਣਾਂ ਨੇ ਬਹੁਤ ਪਸੰਦ ਕੀਤਾ ਹੈਗਾ। ਸਾਨੂੰ ਪਹਿਲਾਂ ਤਾਂ ਅਸੀਂ ਆਨਲਾਈਨ ਕੰਮ ਕਰਦੇ ਸੀ, ਭੈਣਾਂ ਦੀ ਪਸੰਦ ਦੇ ਅਕੋਰਡਿੰਗ ਸਾਨੂੰ ਜਿਹੜੀ ਇਹ ਜਵੈਲਰੀ ਹੈਗੀ ਖੁਦ ਸ਼ਾਪ ਤੇ ਲੈ ਕੇ ਆਉਣੀ ਪਈ। ਵੀਰੇ ਇਹ ਕਿੰਨੇ ਦਾ ਕੀ ਸਿਸਟਮ ਹੁੰਦਾ ਜੀ? ਬਿਲਕੁਲ ਲਾਈਟ ਵੇਟ ਹੈਗਾ ਜੀ, ਇਹਦਾ ਪ੍ਰਾਈਸ ਸਿਰਫ 1000 ਰੁਪਏ ਹੈਗਾ, ਸਿਰਫ 1000 ਰੁਪਏ। ਹਾਂਜੀ ਹਾਂਜੀ, ਸਾਰੇ ਆਪਣੇ ਸੂਟ ਹੈ ਜਿਹੜੇ ਕਾਰੀਗਰਾਂ ਨੇ ਮਤਲਬ ਖੁਦ ਵਰਕ ਕੀਤੇ ਹੋਏ, ਬਹੁਤ ਸੋਹਣੀ ਫਿਨਿਸ਼ਿੰਗ ਵਰਕ ਦੀ। ਨਹੀਂ ਆ ਪਹਿਲਾਂ ਸਾਫ ਪਲੇਨ ਸੀ ਜਮਾ ਜੀ? ਹਾਂਜੀ ਹਾਂਜੀ ਪਲੇਨ ਸੀ, ਅੱਜ ਮੈਂ ਫੁੱਲ ਬੂਟੀਆਂ ਪਾਈਆਂ ਇਹ ਉਹਦੇ ਨਾਲ। ਹਾਂਜੀ ਹਾਂਜੀ ਕਾਰੀਗਰਾਂ ਨੇ। ਹਾਂਜੀ ਹਾਂਜੀ, ਆ ਕੁਆਲਿਟੀ ਚੈੱਕ ਕਰੋ, ਆ ਆ ਵੀ ਡੈਮੋ ਦਿਖਾ ਦੇ। ਇਹ ਵੀਡੀਓ ਖਾਸ ਕਰਕੇ ਭੈਣਾਂ ਵਾਸਤੇ ਹੈ ਜੀ। ਸੋ ਅੱਜ ਮੈਂ ਖੜਾ ਸੀ ਰਾਮਪੁਰਾ ਫੂਲ ਦੇ ਵਿੱਚ ਈਸ਼ਵਰ ਫੈਸ਼ਨ ਬੁਟੀਕਸ ਵਾਲਿਆਂ ਦੇ। ਅੱਜ ਨਾ ਤੁਹਾਨੂੰ ਇੱਥੇ ਮੈਂ ਲੈ ਕੇ ਆਇਆ ਕੁਝ ਖਾਸ ਚੀਜ਼ਾਂ ਦਿਖਾਉਣ ਦੇ ਲਈ, ਪਹਿਲਾਂ ਅੰਦਰ ਆ ਜਾਓ ਤੇ ਭੈਣ ਨਾਲ ਗੱਲਬਾਤ ਕਰਾਉਣੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਐਡਰੈਸ ਕੀ ਹੈ ਜੀ ਆਪਣਾ ਜੀ? ਆਪਣਾ ਐਡਰੈਸ ਹੈਗਾ ਆਰੀਆ ਸਕੂਲ ਰੋਡ ਜੀ, ਨੀਅਰ ਕ੍ਰਿਸ਼ਨਾ ਲਹਿੰਗਾ ਹਾਊਸ ਜੀ, ਆਪੋਜ਼ਿਟ ਨਿਊ ਮਾਰਕੀਟ। ਠੀਕ ਹੈ ਜੀ, ਹਾਂਜੀ। ਤੇ ਮਾੜਾ ਸ਼ੋਪ ਬਾਰੇ ਦੱਸੋ ਵੀ ਕਿਹੜੀਆਂ ਚੀਜ਼ਾਂ ਤੁਹਾਡੇ ਕੋਲ ਇੱਥੋਂ ਮਿਲਣਗੀਆਂ? ਆਪਣੇ ਕੋਲ ਵੈਸੇ ਤਾਂ ਵੀਰੇ ਸ਼ੋਪ ਤੇ ਆ ਕੇ ਤੁਹਾਨੂੰ ਇਹੋ ਜਿਹੀ ਕੋਈ ਚੀਜ਼ ਹੀ ਨਹੀਂ ਵੀ ਜਿਹੜੀ ਲੇਡੀਜ਼ ਦੇ ਪ੍ਰਤੀ ਨਾ ਮਿਲੇ ਜੀ। ਸੂਟ, ਜਵੈਲਰੀ, ਜੁੱਤੀ, ਪਰਸ ਜੀ, ਜੋ ਵੀ ਲੇਡੀਜ਼ ਦੀ ਜ਼ਰੂਰਤ ਹੁੰਦੀ ਹੈ ਵਿਆਹਾਂ ਸ਼ਾਦੀਆਂ ਲਈ, ਆਪਣੇ ਕੋਲ ਹਰ ਇੱਕ ਚੀਜ਼ ਹੈ ਜਿਹੜੀ ਸ਼ੋਪ ਤੇ ਅਵੇਲੇਬਲ ਹੈ। ਇਹ ਗੱਲ ਕਹਿ ਸਕਦੇ ਵੀ ਕੰਨਾਂ ਦੇ ਕਾਂਟਿਆਂ ਤੋਂ ਲੈ ਕੇ ਪੈਰਾਂ ਦੀ ਜੁੱਤੀ ਮਿਲ ਜੂਗਾ, ਸਾਰਾ ਕੁਝ ਮਿਲ ਜੂਗਾ। ਜਿੰਨਾ ਕੁਝ ਵੀ ਜੇ ਤੁਸੀਂ ਮੰਨ ਕੇ ਚੱਲੋ ਕੋਈ ਸੈਂਪਲ ਜੀ ਕੱਪੜਾ ਲੈ ਕੇ ਆਉਂਦਾ ਤੁਹਾਡੇ ਕੋਲ, ਉੱਤੇ ਕਢਾਈ ਵਗੈਰਾ ਕਰਾਉਣੀ ਵੀ ਕਰਦੇ ਨੇ। ਹਾਂਜੀ, ਜਿੱਦਾਂ ਦਾ ਵੀ ਕੋਈ ਫੋਟੋ ਵਾਲਾ ਡਿਜ਼ਾਈਨ ਲੈ ਕੇ ਆਉਂਦਾ ਉਹ ਵੀ ਰੈਡੀ ਕਰਾਉਣੇ। ਅਗਰ ਉਹ ਕਹਿੰਦੇ ਆ ਤੁਸੀਂ ਆਪਣੇ ਅਕੋਰਡਿੰਗ ਸਾਨੂੰ ਕੋਈ ਸੋਹਣੀ ਜਿਹੀ ਚੀਜ਼ ਬਣਾ ਕੇ ਦਿਓ, ਅਸੀਂ ਆਪਦੇ ਅਕੋਰਡਿੰਗ ਵੀ ਬਣਾ ਕੇ ਦਿੰਨੇ ਆ। ਠੀਕ ਹੈ ਜੀ, ਜਿਵੇਂ ਉਹ ਤੁਸੀਂ ਡੰਮੀ ਦੇ ਸੂਟ ਪਾਏ ਦੇਖੇ ਆ ਵਾਲਾ ਸੂਟ। ਹਾਂਜੀ, ਇਹ ਕਸਟਮਰ ਨੇ ਆਰਡਰ ਕੀਤਾ ਸੀ ਫੋਟੋ ਭੇਜ ਕੇ, ਠੀਕ ਹੈ ਜੀ, ਇਹ ਆਪਾਂ ਸੇਮ ਬਣਵਾ ਕੇ ਦਿੱਤਾ। ਏਦਾਂ ਹੀ ਜੋ ਵੀ ਆਪਾਂ ਨੂੰ ਭੇਜਦੇ ਆ ਸੇਮ ਰੈਡੀ ਕਰਕੇ ਦਿੰਨੇ ਆ। ਦੁਪੱਟਾ ਵੀ ਉਸੇ ਤਰ੍ਹਾਂ ਹੀ ਆਪਾਂ ਰੈਡੀ ਕੀਤਾ, ਠੀਕ ਹੈ ਜੀ, ਫੁੱਲ ਸੂਟ ਵੀ ਉਦਾਂ ਹੀ ਰੈਡੀ ਕੀਤਾ, ਠੀਕ ਹੈ ਜੀ, ਸੇਮ ਬਣਵਾ ਕੇ ਦਿੰਨੇ ਆ। ਬਹੁਤ ਪਸੰਦ ਕੀਤਾ, ਸਾਨੂੰ ਪਹਿਲਾਂ ਤਾਂ ਅਸੀਂ ਆਨਲਾਈਨ ਕੰਮ ਕਰਦੇ ਸੀ, ਭੈਣਾਂ ਦੀ ਪਸੰਦ ਦੇ ਅਕੋਰਡਿੰਗ ਸਾਨੂੰ ਜਿਹੜੀ ਇਹ ਜਵੈਲਰੀ ਹੈਗੀ ਖੁਦ ਸ਼ੋਪ ਤੇ ਲੈ ਕੇ ਆਉਣੀ ਪਈ, ਕਿਉਂਕਿ ਸਾਨੂੰ ਉਹਦੇ ਵਿੱਚ ਕੋਰੀਅਰ ਕਰਵਾਉਣ ਦੀ ਦਿੱਕਤ ਆਉਂਦੀ ਸੀ, ਉਹ ਸਾਨੂੰ ਕੋਈ ਜਿਹੜਾ ਰਿਸਪੌਂਸ ਨਹੀਂ ਸੀ ਦਿੰਦੇ, ਤਾਂ ਕਰਕੇ ਅਸੀਂ ਖੁਦ ਲੈ ਕੇ ਆਏ, ਹੁਣ ਅਸੀਂ ਖੁਦ ਕੋਰੀਅਰ ਕਰਵਾਉਣੇ ਆ ਸਾਰੇ ਜੀ। ਇਹ ਤਾਂ ਲੱਗ ਹੀ ਨਹੀਂ ਰਿਹਾ ਜਿਵੇਂ ਹੱਥ ਲਾ ਕੇ ਪਤਾ ਲੱਗੂ, ਐਂ ਲੱਗਦਾ ਜਿਵੇਂ ਗੋਲਡ ਹੁੰਦਾ ਪਿਆ। ਹਾਂਜੀ ਹਾਂਜੀ ਵੀਰੇ, ਇਹ ਕਿੰਨੇ ਦਾ ਕੀ ਸਿਸਟਮ ਹੁੰਦਾ ਜੀ? ਬਿਲਕੁਲ ਲਾਈਟ ਵੇਟ ਹੈਗਾ ਜੀ, ਇਹਦਾ ਪ੍ਰਾਈਸ ਸਿਰਫ 1000 ਰੁਪਏ ਹੈਗਾ, ਸਿਰਫ 1000 ਰੁਪਏ। ਹਾਂਜੀ ਹਾਂਜੀ, ਘੱਟੋ ਘੱਟ ਲੱਖਾਂ ਦਾ ਰਾਣੀ ਹਾਰ ਤੁਹਾਨੂੰ 1000 ਰੁਪਏ ਦੇ ਵਿੱਚ ਮਿਲ ਰਿਹਾ ਇੱਥੋਂ। ਇਹਦੇ ਵਿੱਚ ਕਿਵੇਂ ਗੋਲਡ ਦੀ ਫਿਨਿਸ਼ਿੰਗ ਹੋਈ ਹੁੰਦੀ ਹੈ ਜੀ? ਹਾਂਜੀ ਹਾਂਜੀ, ਇਹਦੇ ਉੱਪਰ ਗੋਲਡ ਪਲੇਟਡ ਜਿਹੜਾ ਇਹਨੂੰ ਆਪਾਂ ਤਾਂ ਕਰਕੇ ਕਹਿੰਦੇ ਆ, ਇਹਦੇ ਉੱਪਰ 1 ਗ੍ਰਾਮ ਗੋਲਡ ਦੀ ਪਾਲਿਸ਼ ਕੀਤੀ ਹੋਈ ਹੁੰਦੀ ਹੈਗੀ, ਠੀਕ ਹੈ ਜੀ। ਹਾਂਜੀ, ਓਕੇ, ਜਦੋਂ ਆਪਾਂ ਪਾਇਆ ਹੁੰਦਾ ਕੋਈ ਕਹਿ ਹੀ ਨਹੀਂ ਸਕਦਾ ਵੀ ਇਹ ਸੈੱਟ ਹੈ ਜਿਹੜਾ ਇਹ ਮਤਲਬ ਆਰਟੀਫੀਸ਼ੀਅਲ ਹੈ। ਦੇਖੋ ਕਿੰਨਾ ਸੋਹਣਾ ਲੱਗਦਾ ਹੈਗਾ ਜੀ, ਦੇਖ ਸਕਦੇ ਹੋ ਤੁਸੀਂ। ਤੇ ਇਹਦਾ ਰੇਟ ਘੱਟ ਹੋਊਗਾ ਇਹਨਾਂ ਨੂੰ? ਨਹੀਂ ਨਹੀਂ, ਇਹਦੇ ਨਾਲ ਹੀ ਹੈ ਸਾਰਾ, ਸਾਰਾ ਇਹ ਸੈੱਟ ਹੀ ਆ। ਹਾਂਜੀ ਹਾਂਜੀ, ਠੀਕ ਹੈ ਜੀ, ਆ ਚੈੱਕ ਕਰੋ ਜੀ, ਸੈੱਟ ਹੀ ਹੈਗਾ ਜੀ। ਇਹ ਤਾਂ ਤੁਹਾਨੂੰ ਇਹ ਵੀ ਗੱਲ ਕਹਿ ਸਕਦੇ ਵੀ ਗੋਲਡ ਤੁਹਾਨੂੰ ਜਿਵੇਂ ਘੱਟ ਰੇਟ ਦੇ ਵਿੱਚ ਮਿਲੂਗਾ। ਹਾਂਜੀ ਹਾਂਜੀ, ਅਲੱਗ ਅਲੱਗ ਕੁਆਲਿਟੀਆਂ, ਅਲੱਗ ਅਲੱਗ ਡਿਜ਼ਾਈਨ ਅਵੇਲੇਬਲ ਆ। ਦੇਖੋ ਸਾਡੇ ਕੋਲੇ ਬਹੁਤ ਸਾਰੀ ਜਵੈਲਰੀ ਆ ਜਿਹੜੀ ਇਦਾਂ ਦੀ, ਇਹ ਸਾਰੀ ਜਵੈਲਰੀ ਆ ਗਈ ਹੈ ਜੀ, ਬਿਲਕੁਲ ਨਿਊ ਸਟਾਕ ਆਇਆ ਹੋਇਆ ਹੈ, ਜਮਾ ਨਿਊ ਸਟਾਕ ਹੈ। ਇਹ ਇੱਕ ਗੱਲ ਆ ਵੀ ਜੇ ਤੁਹਾਨੂੰ ਇਹ ਪਤਾ ਨਹੀਂ ਲੱਗਣਾ, ਜੇ ਦੂਰੋਂ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ, ਹੱਥ ਲਾਏ ਤੋਂ ਭਾਵੇਂ ਫੀਲ ਹੋ ਜੇ ਕਿਸੇ, ਹਾਂਜੀ ਹਾਂਜੀ, ਪਰ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਵੀ ਇਹ ਜਵੈਲਰੀ ਜਮਾ ਅਸਲੀ ਗੋਲਡ ਹੈ ਜਾਂ ਕਿਵੇਂ, ਹੈ ਨਾ। ਸਾਰੀ ਦੇ ਵਿੱਚ ਗੋਲਡ ਦੀ ਉੱਤੇ ਮੰਨ ਕੇ ਚੱਲੋ ਪਾਣੀ ਕਹਿ ਸਕਦੇ ਹਾਂ ਵੀ ਚੜਿਆ ਹੁੰਦਾ, ਆਹ ਸਾਰੀ ਜਵੈਲਰੀ ਆ ਗਈ ਇਹਨਾਂ ਦੇ ਕੋਲੇ ਜੀ। ਆਪਾਂ ਮਤਲਬ ਆਨਲਾਈਨ ਜੁੱਤੀਆਂ ਵੀ ਮੰਗਵਾ ਕੇ ਦਿੰਨੇ ਆ, ਜਿਵੇਂ ਸਾਡੇ ਕੋਲੇ ਜੁੱਤੀ ਜਿਹੜੀ ਕਲਾਇੰਟ ਨੇ ਮੰਗਵਾਈਆਂ ਹੋਈਆਂ ਨੇਗੀਆਂ, ਸਾਰੀਆਂ ਔਨ ਆਰਡਰ
ਮੋਸਟਲੀ ਇਹ ਜਿਹੜਾ ਔਨ ਆਰਡਰ ਚੀਜ਼ਾਂ ਮੰਗਵਾ ਕੇ ਦਿੰਦੇ ਹਾਂ ਅਸੀਂ ਜੀ, ਜਿਵੇਂ ਆਪਣੇ ਕੋਲ ਲੇਡੀਜ਼ ਲਈ ਕਲੱਚ ਪਰਸ ਵੀ ਮਿਲਦੇ ਨੇਗੇ ਜੀ, ਹਰ ਇੱਕ ਚੀਜ਼ ਆਪਣੇ ਕੋਲ ਸ਼ੌਪ ਤੇ ਅਵੇਲੇਬਲ ਮਿਲੂਗੀ ਤੁਹਾਨੂੰ ਜੀ ਜੀ, ਏ ਟੂ ਜ਼ੈਡ ਚੀਜ਼ ਮਿਲ ਜੂਗੀ। ਹਾਂਜੀ ਹਾਂਜੀ ਠੀਕ, ਭੈਣਾਂ ਦਾ ਮੇਨ ਇਹ ਭੈਣਾਂ ਵਾਸਤੇ ਹੀ ਸਾਰਾ। ਹਾਂਜੀ ਹਾਂਜੀ ਸਾਰਾ ਜੀ, ਸਾਰਾ ਵੀ ਭੈਣਾਂ ਵਾਸਤੇ ਜਾਂ ਕੁੜੀਆਂ ਵਾਸਤੇ ਆ, ਜੇ ਕਿਸੇ ਨੇ ਕੋਈ ਵੀ ਚੀਜ਼ ਬਣਵਾਉਣੀ ਆ ਉਹ ਤੁਸੀਂ ਇਹਨਾਂ ਨੂੰ ਸੰਪਰਕ ਜ਼ਰੂਰ ਕਰਿਓ ਹਨਾ, ਸਾਰਾ ਕੁਝ ਮਿਲ ਜੂਗਾ। ਇਹ ਤੁਹਾਡੇ ਕੋਲ ਮਸ਼ੀਨ ਮਸ਼ੂਨਾ ਪੈਣੇ ਕੁਝ ਕਢਾਈ ਵਗੈਰਾ ਵਾਲੀ? ਹਾਂਜੀ, ਕਾਰੀਗਰ ਰੱਖੇ ਹੋਏ ਨੇ ਜਿਹੜੇ ਵਰਕ ਕਰਦੇ ਨੇਗੇ। ਠੀਕ ਹੈ ਜੀ, ਫਿਲਹਾਲ ਉਹ ਹਾਂਜੀ ਪਿਛਲੇ ਪਾਸੇ ਅਸੀਂ ਸਾਰਾ ਇਹੀ ਵਰਕ ਕਰਦੇ ਆ, ਇੱਥੇ ਕੁੜੀਆਂ ਸਟਿਚਿੰਗ ਕਰਦੀਆਂ ਨੇ ਬੈਠ ਕੇ ਜੀ ਜੀ ਜੀ, ਅੱਜ ਬਟ ਸਾਰੇ ਛੁੱਟੀ ਤੇ ਆ। ਠੀਕ ਹੈ ਜੀ, ਹਾਂਜੀ ਜੀ, ਇੱਕ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਵੀ ਜਿਹੜੀ ਵੀ ਮੰਨ ਕੇ ਚਲੋ ਹੋਰ ਤੁਸੀਂ ਬੁਟੀਕ ਤੇ ਜਾਂਦੇ ਹੋ ਨਾ, ਹੋਰ ਬੁਟੀਕ ਦੇਖਦੇ ਆ, ਪਰ ਜਿਹੋ ਜਿਹੀ ਕੁਆਲਿਟੀ ਤੁਹਾਨੂੰ ਇੱਥੋਂ ਮਿਲੂਗੀ ਨਾ, ਜਿਹੋ ਜਿਹੀ ਕਢਾਈ ਇੱਥੋਂ ਮਿਲੂਗੀ, ਜਿਹੋ ਜਿਹੀ ਸਫਾਈ ਇੱਥੋਂ ਮਿਲੂਗੀ, ਉਹ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੀ, ਕਿਉਂਕਿ ਇਹ ਆਪ ਹੀ ਕੰਮ ਕਰਦਾ ਸਾਰਾ ਨਾ ਜੀ। ਆਪਣੇ ਪ੍ਰਾਈਸ ਵੀ ਬਿਲਕੁਲ ਜੈਨੂਅਲ ਨੇਗੇ ਜੀ 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 ਜੀ, ਹਾਂਜੀ, ਤੇ ਪ੍ਰਾਈਸ ਵੀ ਬਿਲਕੁਲ ਜੈਨੂਅਲ ਆ, ਪ੍ਰਾਈਸ ਤੁਹਾਨੂੰ ਮੈਂ ਦੱਸ ਵੀ ਦਿੱਤਾ ਲਗਭਗ ਹਨਾ, ਬਾਕੀ ਤੁਹਾਨੂੰ ਜਿਹੋ ਜਿਹੀ ਜੁੱਤੀ ਚਾਹੀਦੀ ਉਹ ਵੀ ਕਰਕੇ ਦੇ ਦੇਣਗੇ, ਤੇ ਸੈਂਪਲ ਕੱਪੜੇ ਤੇ ਜਿਹੋ ਜਿਹੀ ਕਢਾਈ ਪਵਾਉਣੀ ਆ ਉਹ ਤੁਸੀਂ ਗੂਗਲ ਤੋਂ ਲਿਆ ਕੇ ਦਿਖਾ ਦਿਓ ਵੀ ਇਹ ਜੀ ਚੀਜ਼ ਚਾਹੀਦੀ ਆ, ਉਹ ਜੀ ਕਰ ਦੋਗੇ ਤੇ ਸਾਰੇ ਆਪਣੇ ਸੂਟ ਆ ਜਿਹੜੇ ਕਾਰੀਗਰਾਂ ਨੇ ਮਤਲਬ ਖੁਦ ਵਰਕ ਕੀਤੇ ਹੋਏ, ਬਹੁਤ ਸੋਹਣੀ ਫਿਨਿਸ਼ਿੰਗ ਵਰਕ ਦੀ। ਨਹੀਂ ਆ ਪਹਿਲਾਂ ਪਲੇਨ ਸੀ ਜਮਾ ਜੀ? ਹਾਂਜੀ ਹਾਂਜੀ ਪਲੇਨ ਸੀ, ਜਿਵੇਂ ਫੁੱਲ ਬੂਟੀਆਂ ਪਾਈਆਂ ਇਹ ਉਹਦੇ ਨਾਲ? ਹਾਂਜੀ ਹਾਂਜੀ ਕਾਰੀਗਰਾਂ ਨੇ। ਹਾਂਜੀ ਹਾਂਜੀ ਆ ਕੁਆਲਿਟੀ ਚੈੱਕ ਕਰੋ, ਆ ਆ ਵੀ ਡੈਮੋ ਦਿਖਾ ਦੀ, ਤੇ ਆ ਡੈਮੋ ਆ ਜੀ ਇਹਨਾਂ ਦੀ, ਜਿਹੜਾ ਕਢਾਈ ਕਰਦੇ ਆ ਦੇਖੋ ਕਿੰਨੀ ਸੋਹਣੀ ਕਢਾਈ ਕੀਤੀ ਆ। ਇਹ ਆਪਾਂ ਤਾਂ ਦਿਖਾ ਰਹੇ ਆ ਕਿਉਂਕਿ ਮੋਸਟਲੀ ਜਿਹੜੀਆਂ ਮੇਰੀਆਂ ਭੈਣਾਂ ਉਹ ਕਹਿ ਦਿੰਦੀਆਂ ਘੱਟ ਪ੍ਰਾਈਸ ਦੇ ਸੂਟ ਦਿਖਾਓ, ਕਿਉਂਕਿ ਕੋਸਟਲੀ ਸੂਟਾਂ ਦਾ ਹੁਣ ਜਿਹੜਾ ਵਿਆਹਾਂ ਸ਼ਾਦੀਆਂ ਦਾ ਟਾਈਮ ਹੈ ਥੋੜਾ ਜਿਹਾ ਹੁਣ ਚਲਾ ਗਿਆ, ਹੁਣ ਹਲਕੀ ਰੇਂਜ ਦੇ ਵਿੱਚ ਸੂਟ ਰੈਡੀ ਕਰਵਾ ਰਹੇ ਨੇ, ਤਾਂ ਕਰਕੇ ਆਪਾਂ ਸ਼ੋਅ ਕਰ ਰਹੇ ਹਾਂ ਮਸ਼ੀਨ ਵਰਕ ਦੇ, ਕਿਉਂਕਿ ਹੁਣ ਗਰਮੀਆਂ ਦਾ ਸੀਜ਼ਨ ਆ ਗਿਆ ਤਾਂ ਕਰਕੇ ਆਪਾਂ ਇਹ ਸੂਟ ਸ਼ੋਅ ਕੀਤਾ ਹੈਗਾ। ਵੈਸੇ ਆਪਣੇ ਕੋਲੇ ਮਤਲਬ 800-900 ਤੋਂ ਲੈ ਕੇ 10,000 ਤੱਕ ਸੂਟ ਹੈ ਜਿਹੜਾ ਤੁਹਾਨੂੰ ਰੈਡੀ ਮਿਲੂਗਾ। ਅੱਛਾ 10,000 ਤੱਕ ਰੈਡੀ? ਹਾਂਜੀ। ਇਹ ਕੱਪੜਾ ਵੀ ਤੁਹਾਡੇ ਕੋਲੋਂ ਮਿਲ ਜੂਗਾ ਸਾਰਾ? ਹਾਂਜੀ ਹਾਂਜੀ, ਖੁਦ ਸਾਡੇ ਕੋਲੋਂ ਸਟੱਫ ਵੀ ਲੈ ਸਕਦੇ ਹੋਗੇ ਜੀ, ਤੁਸੀਂ ਆਪਣੇ ਖੁਦ ਦਾ ਸਟੱਫ ਦੇ ਕੇ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋਗੇ ਜੀ ਜੀ ਜੀ। ਹਾਂਜੀ, ਕੋਈ ਵੀ ਤੁਹਾਨੂੰ ਕੋਈ ਵੀ ਗਹਿਣਾ ਚਾਹੀਦਾ ਵਾ, ਮੇਨ ਤਾਂ 3 ਚੀਜ਼ਾਂ ਹੁੰਦੀਆਂ, ਸੂਟ, ਜੁੱਤੀ ਤੇ ਗਹਿਣਾ, ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਕੋਲ ਤੁਹਾਨੂੰ ਮਿਲ ਜਾਣਗੀਆਂ। ਕੋਈ ਵੀ ਤੁਹਾਨੂੰ ਜਵੈਲਰੀ ਚਾਹੀਦੀ ਹੈ, ਜ਼ਿਆਦਾ ਪੈਸੇ ਨਹੀਂ ਲਾਉਣੇ ਗੋਲਡ 'ਤੇ, ਤੁਸੀਂ ਗੋਲਡ ਵਰਗੀ ਚੀਜ਼ ਚਾਹੀਦੀ ਤੁਹਾਨੂੰ ਗੋਲਡ ਵਰਗਾ ਜਮਾ ਮਿਲ ਜੂਗਾ ਜੀ, ਏ ਟੂ ਜੈਡ ਸਮਾਨ ਸਾਰਾ ਤੁਹਾਨੂੰ ਮਿਲ ਜੂਗਾ, ਕਿਹੜਾ ਤੁਸੀਂ ਬਸ ਇੱਥੇ ਗੇੜਾ ਮਾਰਨਾ ਇੱਕ। ਹਾਂਜੀ, ਹਰੇਕ ਚੀਜ਼ ਤੁਹਾਨੂੰ ਇਹ ਪੂਰੀ ਕਰਕੇ ਦੇਣਗੇ ਜਿੱਥੋਂ ਮਰਜ਼ੀ ਕਰਨ, ਕੋਈ ਆਨਲਾਈਨ ਮੰਗਾਉਣ ਵਾਲੀ ਆਨਲਾਈਨ ਵੀ ਮੰਗਾ ਕੇ ਦੇਣਗੇ, ਕੋਈ ਆਪ ਤਿਆਰ ਕਰਨ ਵਾਲੀ ਆਪ ਤਿਆਰ ਕਰਕੇ ਦੇਣਗੇ, ਜਿਵੇਂ ਇੱਕ ਭੈਣੇ ਆਹ ਸੂਟ ਆ ਨਾ ਤੁਹਾਡੇ ਕੋਲੇ, ਇਹ ਕਿੰਨੇ ਟਾਈਮ ਦੇ ਵਿੱਚ ਤਿਆਰ ਕਰ ਦੇਣ ਇੱਕ? ਆਪਣਾ ਸਿਰਫ 10 ਕੁ ਦਿਨਾਂ ਦਾ ਟਾਈਮ ਹੁੰਦਾ, 7 ਤੋਂ 10 ਡੇਜ਼ ਦਾ, ਜਿਵੇਂ ਕਸਟਮਰ ਨੂੰ ਟਾਈਮ ਦੇ ਦੇ। ਹਾਂਜੀ ਹਾਂਜੀ, ਕਿਉਂਕਿ ਉਹਦੇ ਵਿੱਚ ਅਸੀਂ ਸਟਾਫ ਵੀ ਲੈ ਕੇ ਆਉਣਾ ਹੁੰਦਾ, ਸਾਡੇ ਕੋਲੇ ਪਹਿਲਾਂ ਵੀ ਕਾਰੀਗਰ ਕੋਲੇ ਮੂਹਰੇ ਕੰਮ ਹੁੰਦਾ ਹੈਗਾ, ਤਾਂ ਕਰਕੇ 10 ਦਿਨ ਦਾ ਟਾਈਮ ਲੈਂਦੇ ਹਾਂ, 10 ਦਿਨ ਦੇ ਵਿੱਚ ਆਪਾਂ ਮਤਲਬ ਰੈਡੀ ਕਰਕੇ ਦੇ ਦਿੰਦੇ ਹਾਂਗੇ। ਜੀ ਜੀ ਜੀ, 10 ਦਿਨ ਦੇ ਵਿੱਚ ਬਾਈ ਰੈਡੀ ਮਿਲੂਗਾ ਤੁਹਾਨੂੰ, ਤੇ ਹੁਣ ਸ਼ੇਅਰ ਕਰ ਦਿਓ ਅੱਗੇ, ਤੇ ਬਾਕੀ ਨੰਬਰ ਇਹਨਾਂ ਤੋਂ ਲੈ ਲੈਂਦੇ ਆ, ਮਾੜਾ ਨੰਬਰ ਬੋਲ ਦਿਓ ਜੀ ਤੇ ਕੰਟੈਕਟ ਕਰ। ਹਾਂਜੀ, ਸਾਡਾ ਕੰਟੈਕਟ ਨੰਬਰ ਹੈਗਾ 98726-59-149। ਠੀਕ ਹੈ ਜੀ, ਹਾਂਜੀ, ਇਹ ਨੰਬਰ ਤੇ ਸੰਪਰਕ ਕਰ ਲਿਓ ਤੁਸੀਂ ਜਦੋਂ ਵੀ ਤੁਸੀਂ ਚਾਹੋ, ਤੇ ਇਹ ਸ਼ੌਪ ਖੁੱਲੀ ਹੁੰਦੀ ਸ਼ੌਪ ਤੁਹਾਡੀ? ਹਾਂਜੀ ਹਾਂਜੀ, ਸ਼ੌਪ ਸਾਡੀ ਖੁੱਲੀ ਹੁੰਦੀ ਹੈ ਜੀ। ਹਾਂ, ਆ ਇੰਸਟਾ ਆਈ ਡੀ ਬਾਈ ਨੋਟ ਕਰ ਲਿਓ, ਇਹ ਇੰਸਟਾ ਆਈ ਡੀ ਤੇ ਤੁਸੀਂ ਕੋਈ ਮੰਨ ਕੇ ਚਲੋ ਕਿਸੇ ਵੀ ਤਰ੍ਹਾਂ ਦੇ ਨਵੇਂ ਨਿਊ ਡਿਜ਼ਾਈਨ ਦੇਖਣੇ ਹੋਣ ਤੁਸੀਂ ਇਹਨੂੰ ਫੋਲੋ ਕਰ ਲਿਓ ਜੀ ਇੰਸਟਾਗ੍ਰਾਮ ਤੇ, ਤੇ ਸਾਰੇ ਡਿਜ਼ਾਈਨਿੰਗ ਵਗੈਰਾ ਤੁਹਾਨੂੰ ਸਭ ਤੋਂ ਪਹਿਲਾਂ ਇਸ ਜਿਹੜੇ ਇੰਸਟਾਗ੍ਰਾਮ ਅਕਾਊਂਟ ਤੇ ਮਿਲ ਜੂਗਾ ਜੀ। ਮਤਲਬ ਵੀ ਵੀਡੀਓ ਨੂੰ ਹੁਣ ਸ਼ੇਅਰ ਕਰ ਦਿਓ ਅੱਗੇ ਦੀ ਅੱਗੇ, ਤੇ ਜੇ ਕਿਸੇ ਨੂੰ ਕੋਈ ਇਹਨਾਂ ਦੇ ਰਿਲੇਟਡ ਕੰਮ ਹੈਗਾ ਵਾ, ਗਰੰਟੀ ਫੁੱਲ ਆ, ਕੁਆਲਿਟੀ ਫੁੱਲ ਆ, ਸਾਰਾ ਕੁਝ ਘੈਂਟ ਗੱਲਬਾਤ ਆ ਸਾਰੀ, ਤੇ ਇਹਨਾਂ ਨੂੰ ਫੋਲੋ ਜ਼ਰੂਰ ਕਰਿਓ ਤੇ ਅੱਗੇ ਇਹਨਾਂ ਦੀ ਵੀਡੀਓ ਨੂੰ ਸ਼ੇਅਰ ਕਰਿਓ। ਧੰਨਵਾਦ।